ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ ਆ Rajasthan ਦੀ ਸਰਕਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਲਖੀਮਪੁਰ ਖੀਰੀ ਦੇ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਆਏ ਸਾਹਮਣੇ ਖੇਤੀ ਕਾਨੂੰਨ ਰੱਦ ਹੋਣ ਤੇ ਦਿੱਤਾ ਆਪਣਾ ਪ੍ਰਤੀਕਰਮ ਖੇਤੀ ਕਾਨੂੰਨ ਰੱਦ ਕਰਨਾ ਹੰਕਾਰ ਦੀ ਹਾਰ ਸਿਵ ਸੈਨਾ ਦਾ ਕਹਿਣਾ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਮੋਦੀ ਸਰਕਾਰ ਕੁਝ ਹੋਰ ਨਵੇਂ ਤੇ ਵੱਡੇ ਕੰਮ ਕਰਨ ਦੀ ਤਿਆਰੀ ਚ ਭਾਜਪਾ ਤੇ ਸੁਖਵੀਰ ਨੇ ਨਵਜੋਤ ਸਿੱਧੂ ਤੇ ਕੀਤੇ ਕਰਾਰੇ ਹਮਲੇ ਅਤੇ ਸਿੱਧੂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਰਾ ਕਹਿਣ ਤੇ ਦਿੱਤੀ ਆਪਣੀ ਸਫਾਈ ਦੋਸਤੋ ਇਹ ਕੁਝ ਖਬਰਾਂ ਰਹਿਣਗੀਆਂ ਜਿਨ੍ਹਾਂ ਨੂੰ ਆਧਾਰ ਬਣਾਵਾਂਗਾ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕੀਤੀ ਜਾਏਗੀ ਇਹਦੇ ਤੋਂ ਪਹਿਲਾਂ ਕੇਸ ਇਕੱਲੀ ਇਕੱਲੀ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ ਜਾਣਕਾਰੀਆਂ ਤੁਹਾਡੇ ਰੂਬਰੂ ਕਰਦੇ ਹਾਂ ਉਹਦੇ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਨੱਪ ਲੈਣੀ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਰੋਜ਼ਾਨਾ ਪ੍ਰੋਗਰਾਮ ਦੇਖਦੇ ਹੋ ਨਾ ਲਾਈਕ ਕਰਦੇ ਹੋ ਨਾ ਡਿਸਲਾਈਕ ਕਰਦੇ ਹੋ ਨਾ ਕਮੈਂਟ ਕਰਦੇ ਹੋ ਕਿਰਪਾ ਕਰਕੇ ਜੇ ਪ੍ਰੋਗਰਾਮ ਚੰਗਾ ਲੱਗਿਆ ਲਾਈਕ ਜਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰ ਦੇਣੇ ਤੇ ਨਾਲ ਹੀ ਇੱਕ ਬੇਨਤੀ ਹੋਰ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਪੰਜਾਬ ਬੋਲ ਦਾ ਪੇਸ਼ ਕੀਤਾ ਗਿਆ ਉਹ ਮਹਤਪੁਰ ਘੁੰਮਣ ਪੈਲਸ ਦੇ ਵਿੱਚ ਜੋ ਇੱਕ ਟੀਵੀਐਨ ਦੇ ਪਰਿਵਾਰਕ ਮੈਂਬਰਾਂ ਦੀ ਮਿਲਣੀ ਸੀ ਤਕਰੀਬਨ ਤਕਰੀਬਨ ਸਾਰੀ ਮਿਲਣੀ ਉਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਕੀਤੀ ਗਈ ਹੈ ਜੀ ਵੇਖ ਲਿਆ ਤੁਹਾਡਾ तहे ਦਿਲੋਂ ਧੰਨਵਾਦ ਜੇ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀ ਤਾਂ ਵੀ ਤੁਹਾਡਾ ਦਿਲੋਂ ਧੰਨਵਾਦ ਪਰ ਕਿਸੇ ਮਜਬੂਰੀ ਕਰ ਤੁਸੀ ਆ ਨਹੀਂ ਸਕੇ ਤਾਂ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਤੁਸੀਂ ਸਾਡੇ ਅੰਗ ਸੰਗ ਸੀ ਪਰ ਇਹਦੇ ਇਲਾਵਾ ਜੇਕਰ ਤੁਸੀਂ ਪ੍ਰੋਗਰਾਮ ਵੇਖ ਨਹੀਂ ਸਕੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ ਤਾਂ ਕਿਰਪਾ ਕਰਕੇ ਪ੍ਰੋਗਰਾਮ ਖੁਦ ਵੇਖ ਵੀ ਲੈਣਾ ਅਤੇ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਨੀ ਹੁਣ ਆਪਾਂ ਰਾਜਸਥਾਨ ਵਾਲੇ ਪਾਸੋਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਦਰਅਸਲ ਜਦੋਂ ਤੋਂ ਰਾਜਸਥਾਨ ਦੇ ਵਿੱਚ ਗਹਿਲੋਤ ਸਰਕਾਰ ਬਣੀ ਹੈ ਉਦੋਂ ਤੋਂ ਭੰਬਲ ਭੂਸਾ ਜਿਹਾ ਪਿਆ ਹੋਇਆ ਹੈ ਕਦੇ ਉਪ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਦੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਦੇ ਕੋ ਗੁੱਸਾ ਜਾਂਦਾ ਹੈ ਕਦੇ ਕੋ ਗੁੱਸੇ ਨੂੰ ਮਨਾਉਂਦਾ ਹੀ ਨਹੀਂ ਪਰ ਹੁਣ ਖਬਰਾਂ ਮਿਲ ਰਹੀਆਂ ਨੇ ਕਿ ਰਾਜਸਥਾਨ ਦੀ ਸਰਕਾਰ ਦੇ ਸਾਰੇ ਕੈਬਨਟ ਮੰਤਰੀਆਂ ਨੇ ਆਪਣੇ ਅਹੁਦੇ ਤਿਆਗ ਦਿੱਤੇ ਨੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਇਹਦੇ ਨਾਲ ਹੀ ਅਸ਼ੋਕ ਗਹਿਲੋਤ ਦੀ ਰਹਿਸ਼ ਤੇ ਇੱਕ ਬੈਠਕ ਵੀ ਚੱਲੀ ਤੇ ਬੈਠਕ ਸਮਾਪਤ ਵੀ ਹੋ ਗਈ ਹੁਣ ਖਬਰਾਂ ਮਿਲ ਰਹੀਆਂ ਨੇ ਕਿ ਐਤਵਾਰ ਤਕਰੀਬਨ ਬਾਅਦ ਪਹਿਰ 2 ਵਜੇ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਤੇ ਇਕੱਠ ਉਤੇ ਸਾਰੇ ਲੀਡਰ ਉੱਥੇ ਪਹੁੰਚਣਗੇ ਤੇ ਰਾਜਸਥਾਨ ਦੇ ਰਾਜਪਾਲ ਨੇ ਦੱਸਿਆ ਕਿ ਉਹ ਜੈਪੁਰ ਐਤਵਾਰ ਵਾਲੇ ਦਿਨ ਪਹੁੰਚ ਰਹੇ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜੈਪੁਰ ਵਾਪਸ ਆਉਣ ਤੋਂ ਬਾਅਦ ਤਕਰੀਬਨ ਸ਼ਾਮ ਦੇ 4:00 ਵਜੇ ਗਹਿਲੋਤ ਸਰਕਾਰ ਦਾ ਜਾਂ ਆਖਾਂ ਕਿ ਰਾਜਸਥਾਨ ਸਰਕਾਰ ਦਾ ਸੌ ਚੱਕ ਸਮਾਗਮ ਹੋ ਸਕਦਾ ਹੈ ਤੇ ਰਾਜਸਥਾਨ ਦੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਗੋਵਿੰਦ ਸਿੰਘ ਡੋਟਾ ਸਰਾਨੇ ਰਾਜ ਮੰਤਰੀ ਮੰਡਲ ਵਿੱਚ ਫਿਰ ਬਦਲਦੀਆਂ ਅਟਕਲਾਂ ਦੀ ਗੱਲ ਕੀਤੀ ਹੈ ਉਹਨਾਂ ਦੱਸਿਆ ਕਿ ਰਾਜਸਥਾਨ ਸਰਕਾਰ ਵਿੱਚ ਕੋਈ ਟੜੇਬਾਜੀ ਨਹੀਂ ਅਤੇ ਇਹ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਪਾ ਮੁੱਖ ਮੰਤਰੀ ਇੱਕ ਖਾਸ ਇੱਕ ਵਿਸ਼ੇਸ਼ ਅਧਿਕਾਰ ਹੈ ਕਿ ਉਹ ਮੰਤਰੀ ਮੰਡਲ ਦਾ ਪੁਨਰਗਠਨ ਕਰਨ ਪੁਰਾਣੇ ਮੰਤਰੀ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਲੈਣ ਜਾਂ ਫਿਰ ਸਾਰੇ ਦਾ ਸਾਰਾ ਨਵਾਂ ਮੰਤਰੀ ਮੰਡਲ ਬਣਾ ਲੈਣ ਦੂਸਰੇ ਪਾਸੇ ਰਾਜਸਥਾਨ ਜਿਹੜੀ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਗੋਵਿੰਦ ਸਿੰਘ ਡੋਟਸਾਰਾ ਉਹਨਾਂ ਨੇ ਇਹ ਵੀ ਕਿਹਾ ਕਿ ਰਾਜਸਥਾਨ ਕੈਬਨਿਟ ਦੇ ਵਿੱਚ ਜਿਹੜੀਆਂ ਰਾਜਨੀਤਿਕ ਕਲਯੁਕਤੀਆਂ ਨੇ ਉਹ ਜਲਦੀ ਕਰ ਦਿੱਤੀਆਂ ਜਾਣਗੀਆਂ ਨਾਲ ਹੀ ਮੰਤਰੀ ਅਹੁਦੇ ਤੋਂ ਆਪਣੇ ਅਸਤੀਫੇ ਤੇ ਉਹਨਾਂ ਨੇ ਆਖਿਆ ਕਿ ਇਹ ਸੱਚ ਨਹੀਂ ਕਿ ਮੈਂ ਆਪਣਾ ਅਸਤੀਫਾ ਸੌਂਪਣ ਤੋਂ ਨਾਰਾਜ਼ ਹਾਂ ਖੁਸ਼ ਨਹੀਂ ਉਹ ਕਹਿੰਦੇ ਮੈਂ ਤਾਂ ਆਪਣੇ ਅਸਤੀਫੇ ਦੀ ਪਹਿਲਾਂ ਹੀ ਪੇਸ਼ਕਸ਼ ਕਰ ਚੁੱਕਿਆ ਸੀ ਪਰ ਤੁਹਾਨੂੰ ਪਤਾ ਹੋਣਾ ਹੈ ਕਿ ਧੜੇਬਾਜ਼ੀ ਸਿਖਰਾਂ ਤੇ ਹੈ ਕਾਂਗਰਸ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਕਿਹੜੇ ਪੁਰਾਣੇ ਮੰਤਰੀ ਸੀ ਜਿਨ੍ਹਾਂ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਰਿਆ ਜਾਂਦਾ ਹੈ ਤੇ ਉਹ ਕਿਹੜਾ ਹੈ ਜਿਹਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਦਰਅਸਲ ਪਹਿਲਾਂ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਪੰਜਾਬ ਤੋਂ ਪਹਿਲਾਂ ਦਾ ਰਾਜਸਥਾਨ ਦੇ ਵਿੱਚ ਚੱਲ ਰਿਹਾ ਹੈ ਪਰ ਬੀਤੇ ਕਿੰਨੇ ਮਹੀਨੇ ਜਾਂ ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਰਾਜਸਥਾਨ ਦੇ ਵਿੱਚ ਜੋ ਇਸ ਵਕਤ ਕਾਂਗਰਸ ਦੀ ਸਰਕਾਰ ਗਹਿਲੋਤ ਸਰਕਾਰ ਦੇ ਵਿੱਚ ਭੰਬਲ ਪੂਸਾ ਜਾਂ ਸ਼ਸ਼ੋਪੰਜ ਹੈ ਕਿ ਕੌਣ ਸਾਡਾ ਕੌਣ ਪਰਾਇਆ ਹਾਲੇ ਤੱਕ ਹਾਈ ਕਮਾਂਡ ਨੇ ਉਸ ਨੂੰ ਹੱਲ ਨਹੀਂ ਸੀ ਕੀਤਾ ਪਰ ਵੇਖਦੇ ਹਾਂ ਕਿ ਕੱਲ ਨੂੰ ਰਾਜਸਥਾਨ ਦੀ ਰਾਜਨੀਤੀ ਦੇ ਵਿੱਚ ਕਿਹੜੇ ਨਵੇਂ ਪੌ ਫਟਾਲੇ ਹੁੰਦੇ ਨੇ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖੇਤੀ ਕਾਨੂੰਨਾਂ ਨਾਲ ਵੀ ਸੰਬੰਧਿਤ ਹੈ ਲਖੀਮਪੁਰ ਖੀਰੀ ਦੀ ਘਟਨਾ ਨਾਲ ਵੀ ਸੰਬੰਧਿਤ ਹੈ ਲਖੀਮਪੁਰ ਖੀਰੀ ਦੇ ਵਿੱਚ ਇੱਕ ਦੁਰਘਟਨਾ ਵਾਪਰੀ ਸੀ ਜਿਸ ਦੇ ਵਿੱਚ ਕੁੱਲ 8 ਵਿਅਕਤੀਆਂ ਦੀ ਮੌਤ ਹੋਈ ਸੀ 3 ਅਕਤੂਬਰ ਦਾ ਦਿਨ ਸੀ ਬਾਅਦ ਦੁਪਹਿਰ ਤਕਰੀਬਨ 1:3 ਵਜੇ ਹੋਈ ਸੀ ਜਦੋਂ ਉੱਥੇ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਤੇ ਕੁਝ ਇੱਕ ਗੱਡੀਆਂ ਨੇ ਉਹਨਾਂ ਨੂੰ ਦਰੜ ਦਿੱਤਾ ਸੀ ਹੁਣ ਉਸ ਹਿੰਸਾ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਸਨ ਉਹਨਾਂ ਦੇ ਪਰਿਵਾਰਕ ਮੈਂਬਰ ਆ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਦਵੋਦਰਦਾਸ ਮੋਦੀ ਹੋਰਾਂ ਨੇ ਐਲਾਨ ਕੀਤਾ ਤੇ ਉਹਨਾਂ ਦਾ ਪ੍ਰਤੀਕਰਮ ਸਾਹਮਣੇ ਆਇਆ ਉਹ ਕਹਿੰਦੇ ਠੀਕ ਹੈ ਇਹ ਜਿਹੜੇ ਕਾਨੂੰਨ ਨੇ ਰੱਦ ਕਰ ਦਿੱਤੇ ਗਏ ਨਹੀਂ ਪਰ ਪ੍ਰਧਾਨ ਮੰਤਰੀ ਵੱਲੋਂ ਬਹੁਤ ਦੇਰੀ ਦੇ ਨਾਲ ਇਹ ਚੁੱਕਿਆ ਗਿਆ ਕਦਮ ਹੈ ਕਿਸਾਨਾਂ ਦੇ ਪਰਿਵਾਰਾਂ ਨੇ ਖੇਤੀ ਕਾਨੂੰਨ ਵਾਪਸ ਲੈ ਜਾਣ ਦੇ باوجود ਕੇਂਦਰੀ ਗ੍ਰਹਿ ਰਾਜ ਮੰਤਰੀ ਅਜੀਤ ਮਿਸ਼ਰਾ ਦੀ ਬਰਖਾਸਤਗੀ ਕਨੂਰ ਵਾਪਸ ਦੇ ਲਿਖਤੀ ਆਦੇਸ਼ ਅਤੇ ਘੱਟੋ-ਘੱਟ ਸਮਰਥਨ ਮੁੱਲ ਪਾ ਮਿਨਿਮਮ ਸਪੋਰਟ ਪ੍ਰਾਈਸ ਜਿਹੜਾ ਕਿ ਕਿਸਾਨਾਂ ਦੀਆਂ ਪਹਿਲੀਆਂ ਮੰਗਾਂ ਦੇ ਵਿੱਚੋਂ ਇੱਕ ਮੰਗਾ ਹੈ ਉਹ ਕਹਿੰਦੇ ਜਦੋਂ ਤੱਕ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹਿਣਾ ਚਾਹੀਦਾ ਹੈ ਮੈਂ ਦੱਸ ਦੇਣਾ ਚਾਹੁੰਦਾ ਕਿ ਦੂਸਰੇ ਪਾਸੇ ਕਿਸਾਨ ਆਗੂ ਨੇ ਵੀ ਆਖਿਆ ਹੈ ਕਿ ਜਿਹੜੇ ਸਾਡੇ ਪ੍ਰੋਗਰਾਮ ਪਹਿਲਾਂ ਦੇ ਉਲੀਕੇ ਹੋਏ ਸੀ ਉਹ ਜਿਉਂ ਦੇ ਤਿਉਂ ਬਰਕਰਾਰ ਰਹਿਣਗੇ ਜਿੰਨੀ ਦੇਰ ਤੱਕ ਐਮਐਸਪੀ ਵਾਲਾ ਮਸਲਾ ਤੇ ਜਿੰਨੀ ਦੇਰ ਤੱਕ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਲਿਆ ਕੇ ਇੱਕ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ ਕਿਸਾਨਾਂ ਦੇ ਪਰਿਵਾਰਾਂ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਦਾ ਭਾਵੇਂ ਸਵਾਗਤ ਕੀਤਾ ਪਰ ਆਖਿਆ ਕਿ ਉਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਜਿਨ੍ਹਾਂ ਦੇ ਪਰਿਵਾਰਕ ਜੀ ਚਲੇ ਗਏ ਕਹਿੰਦੇ ਉਹਨਾਂ ਦੀ ਭਰਪਾਈ ਕੌਣ ਕਰੂ ਉਹ ਕਹਿੰਦੇ ਕਦੇ ਵੀ ਨਹੀਂ ਹੋ ਸਕਦੀ ਖੀਰੀ ਜ਼ਿਲ੍ਹੇ ਦੇ ਪਲੀਆ ਤਹਿਸੀਲ ਦੇ ਚੌਕਰਾ ਫਾਰਮ ਦੇ ਸਤਨਾਮ ਸਿੰਘ ਨੇ ਜਿਹੜੀ 3 ਅਕਤੂਬਰ ਨੂੰ ਇਹ ਮੰਦ ਭਾਗੀ ਘਟਨਾ ਦਿੱ ਕੁੰਨੀਆਂ ਦੇ ਵਿੱਚ ਵਾਪਰੀ ਸੀ ਉਹਨਾਂ ਨੇ ਆਪਣੇ ਇਕਲੌਤੇ ਪੁੱਤਰ ਲਵਪ੍ਰੀਤ ਨੂੰ ਖੋ ਦਿੱਤਾ ਸੀ ਸਤਨਾਮ ਸਿੰਘ ਨੇ ਆਖਿਆ ਕਿ ਉਹਨਾਂ ਦੇ ਨੁਕਸਾਨ ਦੀ ਭਰ ਪਾਈ ਦੁਨੀਆਂ ਦੀ ਕੋਈ ਤਾਕਤ ਨਹੀਂ ਕਰ ਸਕਦੀ ਉਹਨਾਂ ਕਿਹਾ ਕਿ ਜੇਕਰ ਇਹੀ ਕਦਮ ਜਿਹੜਾ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਜੀ ਹੋਰਾਂ ਨੇ ਚੁੱਕਿਆ ਕਿ ਕਾਨੂੰਨ ਵਾਪਸ ਲਏ ਜਾ ਰਹੇ ਨੇ ਜੇਕਰ ਇਹ ਕੁਝ ਮਹੀਨੇ ਪਹਿਲਾਂ ਚੁੱਕਿਆ ਗਿਆ ਹੁੰਦਾ ਤਾਂ ਅੱਜ ਉਹਨਾਂ ਦਾ ਪੁੱਤਰ ਉਹਨਾਂ ਦੇ ਖੱਬੇ ਜਾਂ ਸੱਜੇ ਬੈਠਾ ਹੁੰਦਾ ਉਹ ਕਹਿੰਦੇ ਕੁਝ ਅਜਹੀ ਹੀ ਭਾਵਨਾ ਮੇਰੇ ਦਿਲ ਦੀ ਹੈ ਪਰ ਦਿਲ ਦੇ ਬਲਬਲੇ ਨੇ ਤੇ ਇਸੇ ਤਰ੍ਹਾਂ ਖੀਰੀ ਜ਼ਿਲ੍ਹੇ ਦੇ ਧੌਰ ਹਰਾ ਤਹਿਸੀਲ ਦੇ ਨਾਮਦਾਰ ਪੁਰਵਾ ਦੇ ਜਗਦੀਪ ਸਿੰਘ ਨੇ ਵੀ ਤਕਰੀਬਨ ਤਕਰੀਬਨ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਉਹ ਕਹਿੰਦੇ ਜਿੰਨੀ ਦੇਰ ਤੱਕ ਕਾਨੂੰਨ ਰੱਦ ਕਰਦਾ ਫੈਸਲਾ ਪਾਰਲੀਮੈਂਟ ਵਿੱਚ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਇਹ ਸੰਘਰਸ਼ ਜਾਰੀ ਰਹਿਣਾ ਚਾਹੀਦਾ ਮੈਂ ਦੱਸਣਾ ਚਾਹੁੰਦਾ ਕਿ ਉਹ ਲਖੀਮਪੁਰ ਖੀਰੀ ਵਾਲੀ ਜਿਹੜੀ ਘਟਨਾ ਵਾਪਰੀ ਸੀ ਉਹਦੇ ਵਿੱਚ ਇਹਨਾਂ ਨੇ ਆਪਣੇ ਪਿਤਾ ਨੂੰ ਗਵਾ ਲਿਆ ਸੀ ਜਗਦੀਪ ਨੇ ਲਖੀਮਪੁਰ ਖੀਰੀ ਹਿੰਸਾ ਦੇ ਵਿੱਚ ਆਪਣੇ ਪਿਤਾ ਨਛੱਤਰ ਸਿੰਘ ਨੂੰ ਗਵਾ ਲਿਆ ਸੀ ਉਸੇ ਹੀ ਘਟਨਾ ਦੇ ਵਿੱਚ ਬਹਿਰਾਇਚ ਜ਼ਿਲ੍ਹੇ ਦੇ ਦੋ ਕਿਸਾਨਾਂ ਦੇ ਪਰਿਵਾਰਾਂ ਨੇ ਖੇਤੀ ਕਾਨੂੰਨ ਵਾਪਸ ਲੈ ਜਾਣ ਦੇ ਬਾਵਜੂਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੀ ਮਿਸ਼ਰਾ ਦੀ ਬਰਖਾਸਤ ਕੀ ਦੀ ਮੰਗ ਕੀਤੀ ਹੈ ਕਾਨੂੰਨ ਵਾਪਸੀ ਦੀ ਲਿਖਤੀ ਆਦੇਸ਼ ਦੀ ਗੱਲ ਕੀਤੀ ਹੈ ਐਮਐਸਪੀ ਦੀ ਲਿਖਤੀ ਕਾਨੂੰਨੀ ਗਾਰੰਟੀ ਦੀ ਮੰਗ ਜਾਰੀ ਕੀਤੀ ਹੈ ਹੁਣ ਦੱਸਣਾ ਬਣਦਾ ਕਿ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਉਹ ਘਟਨਾ ਕਰਨ ਵਾਪਰਦਾ ਹੈ ਜਿਸ ਤੇ ਵਿੱਚ ਇੱਕ ਐਸਯੂਵੀ ਨੇ ਚਾਰ ਕਿਸਾਨਾਂ ਨੂੰ ਦਰੜ ਕੇ ਮੌਤੇ ਘਾਟ ਉਤਾਰ ਦਿੱਤਾ ਸੀ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਭਾਵ ਉਸ ਦੁਰਘਟਨਾ ਦੇ ਵਿੱਚ ਕੁੱਲ 8 ਵਿਅਕਤੀ ਮੌਤੇ ਮੂੰਹ ਬਚਲੇ ਗਏ ਸੀ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰਿਆ ਦੀ ਯਾਤਰਾ ਦੇ ਖਿਲਾਫ ਮੈਂ ਦੱਸਣਾ ਚਾਹੁੰਦਾ ਕਿ ਉਸ ਦਿਨ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪ੍ਰਦਰਸ਼ਨਕਾਰੀ ਸ਼ਾਂਤਮਈ ਸੀ ਪ੍ਰਦਰਸ਼ਨ ਕਰਨ ਨੂੰ ਇਹ ਵੀ ਇਲਮ ਨਹੀਂ ਸੀ ਕਿ ਉਹਨਾਂ ਦੇ ਪਿੱਛੇ ਇੱਕ ਗੱਡੀ ਆ ਰਹੀ ਹੈ ਚਾਰ ਗੱਡੀਆਂ ਆ ਰਹੀਆਂ ਨੇ ਪੰਜ ਗੱਡੀਆਂ ਆ ਰਹੀਆਂ ਨੇ ਜਾਂ ਉਹਨਾਂ ਵਿੱਚ ਉਹਨਾਂ ਦੀ ਮੌਤ ਭੰਗੜੇ ਪੌਂਦੀ ਆ ਰਹੀ ਹੈ ਪਰ ਉਹ ਸ਼ਾਂਤਮਈ ਜਾ ਰਹੇ ਸੀ ਉਹਨਾਂ ਨੂੰ ਦਰੜਾ ਦਿੱਤਾ ਸੀ ਪਰ ਉਹਦੇ ਤੋਂ ਬਾਅਦ ਜੋ ਕੁਝ ਹੋਇਆ ਤੇ ਸੁਪਰੀਮ ਕੋਰਟ ਨੇ ਕਈ ਵਾਰ ਟਿੱਪਣੀਆਂ ਕੀਤੀਆਂ ਕਿ ਜੋ ਕੁਝ ਹੋ ਰਿਹਾ ਹੈ ਜਿਸ ਤਰ੍ਹਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਤੇ ਤਸੱਲੀ ਕੋਈ ਨਹੀਂ ਸੀ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਉਸ ਮਾਮਲੇ ਦੇ ਵਿੱਚ ਕੇਂਦਰੀ ગ્રਹਿ ਰਾਜ ਮੰਤਰੀ ਅਜੀ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ ਕਈ ਲੋਕਾਂ ਦੇ ਖਿਲਾਫ ਕਤਲ ਸਮੇਤ ਤੇ ਕਈ ਹੋਰ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਅਤੇ ਬਾਅਦ ਦੇ ਵਿੱਚ ਪ੍ਰੈਸ਼ਰ ਪੈਣ ਤੋਂ ਬਾਅਦ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਗਈਆਂ ਸੀ ਹੁਣ ਕਾਨੂੰਨ ਗੁਰੂਪੁਰ ਵਾਲੇ ਦਿਨ ਪ੍ਰਧਾਨ ਮੰਤਰੀ ਵੱਲੋਂ ਵਾਪਸ ਲੈ ਜਾਣ ਦਾ ਐਲਾਨ ਕਰ ਦਿੱਤਾ ਸੀ ਹੁਣ ਵੱਖ-ਵੱਖ ਪ੍ਰਤੀਕਿਰਿਆ ਆ ਰਹੀ ਹੈ ਕੱਲ ਦੇ ਪ੍ਰੋਗਰਾਮ ਤੇ ਉਸ ਤੋਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਇਹ ਜਾਣਕਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਪਰ ਇੱਕ ਸਾਹਮਨਾ ਨਾਮ ਦਾ ਇੱਕ ਰਸਾਲਾ ਕਮਾ ਮੈਗਜ਼ੀਨ ਕਮਾ ਕੱਢਿਆ ਜਾਂਦਾ ਹੈ ਸਿਪ ਸੈਨਾ ਦੇ ਵੱਲੋਂ ਸਿਪ ਸੈਨਾ ਨੇ ਇਹਨੇ ਤਿੰਨੇ ਖੇਤੀ ਕਾਨੂੰਨ ਜਿਹੜੇ ਬੜੇ ਵਿਵਾਦਪੂਰਨ ਨੇ ਉਹਨਾਂ ਦੇ ਮੁਤਲਕ ਗੱਲਬਾਤ ਕੀਤੀ ਹੈ ਦਰਅਸਲ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਜਿਹੜਾ ਇਹ ਐਲਾਨ ਹੈ ਕਿ ਤਿੰਨੇ ਖੇਤੀ ਕਾਨੂੰਨ ਅਸੀਂ ਰੱਦ ਕਰ ਰਹੇ ਹਾਂ ਦਰਅਸਲ ਇਹ ਭਾਜਪਾ ਦੇ ਹੰਕਾਰ ਦੀ ਹਾਰ ਹੈ ਉਹਨਾਂ ਕਿਹਾ ਕਿ ਭਾਜਪਾ ਨੇ ਯੂਪੀ ਅਤੇ ਪੰਜਾਬ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਉਹਦੀ ਹਾਰ ਦਾ ਡਰ ਉਹਨਾਂ ਨੂੰ ਸਤਾ ਰਿਹਾ ਸੀ ਇਸ ਕਰਕੇ ਇਹ ਕਾਨੂੰਨ ਰੱਦ ਕੀਤੇ ਨੇ ਜਿਸ ਤਰ੍ਹਾਂ ਮੈਂ ਦੱਸ ਰਿਹਾ ਕਿ ਉਹਨਾਂ ਦਾ ਇੱਕ ਮੈਗਜ਼ੀਨ ਹੈ ਸਾਹਮਣਾ ਉਹਦੀ ਸੰਪਾਦਕੀ ਦੇ ਵਿੱਚ ਇਹ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਲਿਆ ਗਿਆ ਫੈਸਲਾ ਕਿਸਾਨਾਂ ਦੀ ਏਕਤਾ ਦੀ ਜਿੱਤ ਹੈ ਅਤੇ ਭਾਜਪਾ ਦੀ ਹੰਕਾਰ ਦੀ ਹਾਰ ਹੈ ਉਹਨਾਂ ਨੇ ਦੱਸਿਆ ਕਿ ਹਾਲ ਹੀ ਵਿੱਚ 13 ਸੂਬਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਨੇ ਇਹਨਾਂ ਜ਼ਿਮਨੀ ਚੋਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਿਵ ਸੈਨਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਰੋਧ ਦੀ ਆਵਾਜ਼ ਨੂੰ ਦਬਾਇਆ ਜਿੰਨਾ ਦਬਾ ਸਕਦੀ ਸੀ ਪਰ ਦਬਾਈ ਜਾ ਨਹੀਂ ਸਕੀ। ਤਿੰਨ ਖੇਤੀ ਕਾਨੂੰਨ ਪਾਸ ਕਰ ਦਿੱਤੇ ਸਨ, ਲਾਗੂ ਕਰ ਦਿੱਤੇ ਸਨ। ਕਿਸਾਨਾਂ ਨੂੰ ਕਿਸਾਨ ਭਾਈਚਾਰੇ ਨੂੰ ਬਿਲਕੁਲ ਨਾਜ਼ਰ ਅੰਦਾਜ਼ ਕਰ ਦਿੱਤਾ ਸੀ। ਇਥੋਂ ਤੱਕ ਕਿ ਜਿੱਥੇ ਕਿਸਾਨ ਸੰਘਰਸ਼ ਕਰ ਰਹੇ ਨੇ ਤਕਰੀਬਨ 1 ਸਾਲ ਹੋਣ ਵਾਲਾ ਹੈ। ਉਹਨਾਂ ਨੂੰ ਨਾ ਉੱਥੇ ਪਾਣੀ ਨਾ ਉੱਥੇ ਬਿਜਲੀ ਤੇ ਨਾ ਉੱਥੇ ਮੋੜਲੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਜਿਹੜੀਆਂ ਕਾਨੂੰਨ ਦੇ ਅਨੁਸਾਰ ਨੇ ਉਹ ਵੀ ਨਹੀਂ ਸੀ ਦਿੱਤੀਆਂ ਕਿਸਾਨ ਅੰਦੋਲਨ ਨੂੰ ਜਾਂ ਕਰ ਰਹੇ ਜਿਹੜੇ ਅੰਦੋਲਨ ਉੱਥੇ ਕਿਸਾਨ ਨੇ ਉਹਨਾਂ ਨੂੰ ਖਾਲਿਸਤਾਨੀ ਉਹਨਾਂ ਨੂੰ ਪਾਕਿਸਤਾਨੀ ਉਹਨਾਂ ਨੂੰ ਮਾਓਵਾਦੀ ਉਹਨਾਂ ਨੂੰ ਟੁਕੜੇ ਟੁਕੜੇ ਗੈਂਗ ਉਹਨਾਂ ਨੂੰ ਵਵਾਲੀ ਉਹਨਾਂ ਨੂੰ ਗੁੰਡੇ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਦੇ ਨਾਲ ਬੁਲਾਇਆ ਜਾਂਦਾ ਰਿਹਾ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ 550 ਲਿਖਿਆ ਉਹਨਾਂ ਨੇ ਪਰ ਮੈਂ ਇੱਥੇ ਦਰੁਸਤ ਕਰ ਦੇਣਾ ਚਾਹੁੰਨਾ ਹੈ ਕਿ ਸਾਹਮਣਾ ਵਾਲਿਓ ਸ਼ਿਵ ਸੈਨਾ ਵਾਲਿਓ 550 ਨਹੀਂ ਸਗੋਂ 750 ਤੋਂ ਵੀ ਜ਼ਿਆਦਾ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇੱਕ ਕੇਂਦਰੀ ਮੰਤਰੀ ਦੇ ਪੁੱਤਰ ਨੇ ਲਖੀਮਪੁਰ ਖੀਰੀ ਵਿੱਚ ਆਪਣੀ ਗੱਡੀ ਦੇ ਹੇਠ ਦੜੜ ਕੇ ਕਿਸਾਨ ਮਾਰ ਦਿੱਤੇ ਪ੍ਰਧਾਨ ਮੰਤਰੀ ਮੋਦੀ ਨੇ ਦੋ ਸ਼ਬਦ ਨਾਲ ਟਵੀਟ ਕੀਤਾ ਨਾ ਮੌਤ ਦੇ ਅਫਸੋਸ ਨਾਲ ਸੋਗ ਪ੍ਰਗਟਾਇਆ ਇਹ ਅਹਿਸਾਸ ਹੋਣ ਤੋਂ ਬਾਅਦ ਕਿ ਕਿਸਾਨ ਆਪਣਾ ਪ੍ਰਦਰਸ਼ਨ ਖਤਮ ਨਹੀਂ ਕਰਨਗੇ ਯੂਪੀ ਅਤੇ ਪੰਜਾਬ ਦੇ ਵਿੱਚ ਭਾਜਪਾ ਦੀ ਹਾਰ ਉਹਨਾਂ ਨੂੰ ਨਜ਼ਰ ਆਉਂਦੀ ਸੀ ਇਦ ਤੋਂ ਬਾਅਦ ਕਹਿੰਦੇ ਦਾ ਅਸਲ ਉਹਨਾਂ ਨੇ ਫਿਰ ਇੱਕ ਕਾਨੂੰਨ ਰੱਦ ਕਰਨ ਦਾ ਫੈਸਲਾ ਲੈ ਲਿਆ ਅਸਲ ਦੇ ਵਿੱਚ ਇਹ ਕਿਸਾਨਾਂ ਦੀ ਇਹ ਕਿਸਾਨ ਮਜ਼ਦੂਰ ਏਕਤਾ ਦੀ ਜਿੱਤ ਹੋਈ ਹੈ ਹੁਣ ਖੇਤੀ ਕਾਨੂੰਨ ਤਾਂ ਰੱਦ ਕਰਨ ਦਾ ਬੀਤੇ ਦਿਨੀ ਐਲਾਨ ਕਰ ਦਿੱਤਾ ਗਿਆ ਪਰ ਹੁਣ ਖਬਰਾਂ ਬਣ ਰਹੀਆਂ ਨੇ ਭਰੋਸੇਯੋਗ ਸੂਤਰ ਦੱਸ ਰਹੇ ਨੇ ਕਿ ਸਿਰਫ ਕਾਨੂੰਨ ਹੀ ਰੱਦ ਨਹੀਂ ਕੀਤੇ ਗਏ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਕੁਝ ਹੋਰ ਵੱਡੇ ਕੰਮ ਕਰਨ ਵਾਸਤੇ ਵੀ ਤਿਆਰ ਹੈ ਹੁਣ ਤੁਸੀਂ ਇਹ ਦੇਖੋ ਕਿ ਤਕਰੀਬਨ ਤਕਰੀਬਨ ਇੱਕ ਸਾਲ ਦਾ ਸਮਾਂ ਤਾਂ ਸਰਹੱਦਾਂ ਤੇ ਡਟਿਆਂ ਨੂੰ ਕਿਸਾਨਾਂ ਨੂੰ ਹੋ ਗਿਆ ਹੁਣ ਵੇਖਣਾ ਹੋਵੇਗਾ ਕਿ ਪਾਰਲੀਮੈਂਟ ਦੇ ਵਿੱਚ ਕਦੋਂ ਬਿਲ ਪੇਸ਼ ਕੀਤਾ ਜਾਂਦਾ ਤੇ ਫਿਰ ਕਦੋਂ ਪਾਸ ਕੀਤਾ ਜਾਂਦਾ ਕਿਉਂਕਿ ਇਹ ਸੰਵਿਧਾਨ ਦੇ ਅਨੁਸਾਰ ਦੇਕਰ ਕਾਨੂੰਨ ਰੱਦ ਕਰਨ ਤਾਂ ਕਰਨਾ ਪਏਗਾ ਤੇ ਨਾਲ ਉੱਥੇ ਇਹ ਵੀ ਦਰਜ ਕਰਨਾ ਪਏਗਾ ਕਿ ਇਹ ਕਾਨੂੰਨ ਲਿਆਂਦੇ ਕਿਉਂ ਸੀ ਕਾਨੂੰਨਾਂ ਨੂੰ ਰੱਦ ਕਰਨ ਦਾ ਆਧਾਰ ਕੀ ਹੈ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਉਹ ਐਲਾਨ ਕਰ ਰਹੇ ਸੀ ਉਸ ਵਕਤ ਵੀ ਜ਼ਿਕਰ ਕਰ ਰਹੇ ਸੀ ਕਿ ਕਾਨੂੰਨ ਮਾੜੇ ਨਹੀਂ ਫਿਰ ਉੱਥੇ ਕੀ ਲਿਖਣਗੇ ਕਾਨੂੰਨ ਮਾੜੇ ਨਹੀਂ ਸੀ ਪਰ ਕਹਿੰਦੇ ਸਾਡੇ ਤੋਂ ਸਮਝਾਇਆ ਨਹੀਂ ਗਿਆ ਕਿਸਾਨਾਂ ਨੂੰ ਹੁਣ ਡੇਢ ਸਾਲ ਤੋਂ ਇਹ ਜਿਹੜਾ ਖੇਤੀ ਕਾਨੂੰਨਾਂ ਵਾਲਾ ਮਸਲਾ ਲਟਕ ਰਿਹਾ ਸੀ ਉਹ ਰੱਦ ਕਰ ਦਿੱਤਾ ਗਿਆ ਉਹਦੇ ਐਲਾਨ ਨਾਲ ਕੀ ਇਹ ਮਸਲਾ ਖਤਮ ਹੋ ਗਿਆ ਹਾਲੇ ਖਤਮ ਨਹੀਂ ਹੋਇਆ ਹਾਲੇ ਤਾਂ ਇਹ ਸੁਲਗ ਰਿਹਾ ਹੈ ਕਿਉਂਕਿ ਐਮਐਸਪੀ ਦੀ ਲਿਖਤੀ ਕਾਨੂੰਨੀ ਗਾਰੰਟੀ ਦਾ ਮਸਲਾ ਜਿਉਂਦਿਆ ਤਿਉਂ ਵਰਕਰਾਰ ਹੈ ਇਹਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕੇਂਦਰ ਸਰਕਾਰ ਦੇ ਨਾਲ ਜੁੜੇ ਕੁਝ ਸੂਤਰ ਨੇ ਨਾ ਉਹਨਾਂ ਤੋਂ ਕੁਝ ਪੁਖਤਾ ਖਬਰਾਂ ਨਿਕਲ-ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸਰਕਾਰ ਵੱਲੋਂ ਕੁਝ ਵੱਡੇ ਫੈਸਲੇ ਲੈ ਜਾਣ ਦੀ ਤਿਆਰੀ ਦਰਅਸਲ ਕੀਤੀ ਜਾ ਚੁੱਕੀ ਹੈ ਉਹਦਾ ਕਾਰਨ ਇਹ ਹੈ ਇੱਕ ਤਾਂ ਭਾਜਪਾ ਯੂਪੀ ਜਿੱਤਣਾ ਚਾਹੁੰਦੀ ਹੈ ਪੰਜਾਬ ਜਿੱਤਣਾ ਚਾਹੁੰਦੀ ਹੈ ਦਰਅਸਲ ਮੰਜ਼ਲ ਇਹ ਨਹੀਂ 2024 ਕੇਂਦਰ ਸਰਕਾਰ ਨੂੰ ਬਹੁਤੀ ਦੂਰ ਨਜ਼ਰ ਨਹੀਂ ਆ ਰਿਹਾ 2024 ਦੀਆਂ ਲੋਕ ਸਭਾ ਚੋਣਾਂ ਵੀ ਦਰਅਸਲ ਕੇਂਦਰ ਸਰਕਾਰ ਜਤਨਾ ਚਾਹੁੰਦੀ ਹੈ ਤੇ ਉਸ ਰਾਹ ਨੂੰ ਸੁਖਾਲਾ ਕਮਾਂ ਜਾਂ ਮੋਕਲਾ ਕਮਾਂ ਉਹ ਕਰਨਾ ਚਾਹੁੰਦੀ ਹੈ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਨੇ ਆਪਾਂ ਬੀਤੇ ਸਮੇਂ ਤੋਂ ਦੇਖ ਰਹੇ ਹਾਂ ਕਿ ਲਗਾਤਾਰ ਉਹ ਕਟੌਤੀ ਕੀਤੀ ਜਾ ਰਹੀ ਹੈ ਘਟਾਈਆਂ ਜਾ ਰਹੀਆਂ ਨੇ ਹੁਣ ਇਹ ਵੀ ਪਤਾ ਲੱਗਿਆ ਕਿ ਉਹਨਾਂ ਕੀਮਤਾਂ ਦੇ ਵਿੱਚ ਹੋਰ ਕਟੌਤੀ ਕੀਤੀ ਜਾਣ ਦੀ ਵੀ ਇਸ ਵਕਤ ਕੇਂਦਰ ਸਰਕਾਰ ਯੋਜਨਾ ਉਲੀਕ ਚੁੱਕਿਆ ਹੈ ਇਸ ਸਬੰਧੀ ਅੰਦਰ ਖਾਤੇ ਕੰਮ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਇਹ ਵੀ ਖਬਰਾਂ ਨੇ ਕਿ ਬਾਜ਼ਾਰ ਦੇ ਵਿੱਚ ਜਿਹੜੀਆਂ ਆਮ ਲੋੜਾਂ ਵਾਲਾ ਸਮਾਨ ਹੈ ਜਿਹੜੀਆਂ ਆਮ ਜ਼ਰੂਰਤਾਂ ਵਾਲਾ ਸਮਾਨ ਹੈ ਉਹ ਕੀਮਤਾਂ 'ਚ ਜਿਹੜਾ ਵਾਧਾ ਹੋਇਆ ਹੈ ਇਸ ਵਕਤ ਕੇਂਦਰ ਸਰਕਾਰ ਉਹਦੇ ਵਾਸਤੇ ਵੀ ਚਿੰਤਤ ਹੈ ਤੇ ਉਮੀਦ ਹੈ ਕਿ ਇਹਨਾਂ ਕੀਮਤਾਂ ਨੂੰ ਘਟਾਉਣ ਦੇ ਵਾਸਤੇ ਘੱਟ ਕਰਨ ਦੇ ਵਾਸਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੋਰ ਘਟਾਈਆਂ ਜਾ ਸਕਦੇ ਨੇ ਤਾਂ ਕਿ ਗਰੀਬਾਂ ਨੂੰ ਆਮ ਲੋਕਾਂ ਨੂੰ ਕੁਝ ਸਾਹ ਸੁਖਾਲਾ ਆਵੇ ਅਤੇ ਉਹ ਸਰਕਾਰ ਦੀ ਜਾਇਜ਼ਾਕਾਰ ਕਰੇ ਤੇ ਇਹਦੇ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਕੇਂਦਰ ਸਰਕਾਰ ਸਿਰਫ ਆ ਕੁਝ ਸੁਖਾਲੇ ਜੇ ਕੰਮ ਨਹੀਂ ਕਿਉਂਕਿ ਆਮ ਲੋਕਾਂ ਵਾਸਤੇ ਸੁਖਾਲੇ ਹੈ ਪਰ ਕੁਝ ਸਖਤ ਕਦਮ ਚੁੱਕਣ ਦੀ ਤਿਆਰੀ ਦੇ ਵਿੱਚ ਵੀ ਹੈ ਖਾਸ ਕਰਕੇ ਟੈਕਸ ਵਾਲੇ ਸਟਾਕ ਦੀਆਂ ਵਸਤੂਆਂ ਦਾ ਜਿਹੜਾ ਸ਼ਾਰਟੇਜ ਪੈਦਾ ਹੋਈ ਹੈ ਸ਼ਾਰਟੇਜ ਪੈਦਾ ਕਰਕੇ ਦਰਅਸਲ ਕੁਝ ਲੋਕ ਉਹਦੇ ਵਿੱਚੋਂ ਮੋਟੀ ਚੋਖੀ ਕਮਾਈ ਕਰਦੇ ਆ। ਉਹਨਾਂ ਦੇ ਵਿਰੁੱਧ ਵੱਡੀ ਕਾਰਵਾਈ ਕਰਨ ਦੀ ਇਸ ਵਕਤ ਕੇਂਦਰ ਸਰਕਾਰ ਦੇ ਵੱਲੋਂ ਤਿਆਰੀ ਵਿੱਢੀ ਜਾ ਚੁੱਕੀ ਹੈ। ਪੰਜਾਬ ਨੂੰ ਲੈ ਕੇ ਵੀ ਉਹਨਾਂ ਦੀ ਇੱਕ ਯੋਜਨਾ ਸਰਕਾਰ ਹੈ। ਪੰਜਾਬ ਨੂੰ ਭਾਵੇਂ ਪਹਿਲਾਂ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਪਰ ਕਿਸਾਨੀ ਸੰਘਰਸ਼ ਨੇ ਦੱਸ ਦਿੱਤਾ ਕਿ ਪੰਜਾਬ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਸੂਬਾ ਭਾਵੇਂ ਉੱਥੇ ਸੀਟਾਂ 13 ਨੇ ਇਹ ਅਹਿਮੀਅਤ ਰੱਖਣ ਵਾਲਾ ਸੂਬਾ ਹੈ। ਜਿੰਨੀ ਅਹਿਮੀਅਤ ਬਾਕੀ ਦੇ ਸੂਬੇ ਰੱਖਦੇ ਆਂ ਪੰਜਾਬ 'ਚ ਵੀ ਸਰਕਾਰ ਹੁਣ ਗੰਭੀਰਤਾ ਵਿਖਾਏਗੀ ਜਿਸ ਦੇ ਪਿੱਛੇ ਇੱਕ ਵੱਡਾ ਕਾਰਨ ਸਰਹੱਦੀ ਸੂਬਾ ਹੋਣਾ ਵੀ ਦੱਸਿਆ ਜਾ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਜਿਸ ਤਰ੍ਹਾਂ ਚੀਨ ਜਿਸ ਤਰ੍ਹਾਂ ਪਾਕਿਸਤਾਨ ਪੰਜਾਬ ਵਾਲੇ ਪਾਸੇ ਜਾਂ ਹੋਰ ਜਿੱਥੇ-ਜਿੱਥੇ ਸਰਹੱਦ ਲੱਗਦੀ ਆ ਆਪਣੀਆਂ ਸਰਗਰਮੀਆਂ ਵਧਾ ਰਿਹਾ ਹੈ ਉਹਨੂੰ ਵੇਖਦੇ ਹੋਏ ਕੇਂਦਰ ਸਰਕਾਰ ਇੱਥੇ ਵੀ ਪੂਖਤਾ ਇੰਤਜ਼ਾਮ ਕਰ ਰਹੀ ਹੈ ਤੇ ਯੋਜਨਾ ਉਲੀਕ ਰਹੀ ਹੈ ਚੀਨ ਕੋਲ ਤੁਹਾਨੂੰ ਇਹ ਵੀ ਜਾਣਕਾਰੀ ਹੋਣੀ ਹੈ ਕਿ ਭਾਰਤ ਦੇ ਮੁਕਾਬਲੇ ਅਤਿਅੰਤ ਆਧੁਨਿਕ ਹਥਿਆਰ ਵੀ ਨੇ ਉਹਨਾਂ ਦੀ ਫੌਜ ਦੀ ਨਫਰੀ ਵੀ ਜ਼ਿਆਦਾ ਹੈ ਹਾਈ ਟੈਕ ਸਿਸਟਮ ਵੀ ਹੈ ਉਹਨਾਂ ਕੋਲੇ ਜਿਹੜੇ ਉਹ ਸਿਸਟਮ ਨੂੰ ਪਾਕਿਸਤਾਨ ਨੂੰ ਵੀ ਦੇ ਸਕਦਾ ਹੈ ਸਿਆਸੀ ਅਸਥਿਰਤਾ ਹੋਣ ਕਾਰਨ ਪੰਜਾਬ ਪਾਕਿਸਤਾਨ ਤੇ ਚੀਨ ਦਾ ਸੌਖਾ ਨਿਸ਼ਾਨਾ ਹੋ ਸਕਦਾ ਹੈ ਇਹਨੂੰ ਵੇਖਦੇ ਹੋਏ ਖਬਰਾਂ ਬੜ ਰਹੀਆਂ ਨੇ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਸ਼ਾਂਤ ਮਾਹੌਲ ਬਣਾ ਕੇ ਰੱਖਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ ਕਹਿਣ ਦਾ ਭਾਵ ਆ ਖੇਤੀ ਕਾਨੂੰਨਾਂ ਵਾਲਾ ਮਸਲਾ ਬੜੀ ਛੇਤੀ ਉਹ ਹੱਲ ਕਰ ਦੇਣਗੇ ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਸਕਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਲੱਗ ਰਿਹਾ ਕਿ ਵਾਛਾਂ ਖੜੀਆਂ ਪਈਆਂ ਨੇ ਕਿ ਕੰਮ ਮੇਰਾ ਸੂਤ ਆਉਣ ਵਾਲਾ ਹੈ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਕੰਮ ਸਾਡਾ ਸੁਖਾਲਾ ਹੋ ਚਲਿਆ ਕਿਉਂਕਿ ਅੱਗੇ ਦਫ਼ਤਰਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਨਹੀਂ ਸੀ ਸਕਦੇ ਕਾਨੂੰਨ ਅਸੀਂ ਰੱਦ ਕਰ ਦਿੱਤੇ ਹੈ ਹੋ ਸਕਦਾ ਹੈ ਕਿ ਹੁਣ ਲੋਕ ਸਾਡੀ ਗੱਲ ਸੁਣਨ ਵਾਸਤੇ ਤਿਆਰ ਹੋ ਜਾਣ ਪਰ ਸਮਾਂ ਦੱਸੂ ਸੁਣਦੇ ਆ ਕਿ ਨਹੀਂ ਪਾਕਿਸਤਾਨ ਦੇ ਨਾਲ ਕਿਸੇ ਦੀ ਮੁਹੱਬਤ ਹੋ ਸਕਦੀ ਹੈ ਕਿਸੇ ਨੂੰ ਨਫ਼ਰਤ ਹੋ ਸਕਦੀ ਹੈ ਪਰ ਇਹ ਨਾ ਭੁੱਲਿਆ ਜਾਵੇ ਕਿ 1947 ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੋ ਵੱਖਰੇ ਮੁਲਕ ਨਹੀਂ ਸੀ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਜਦੋਂ ਵਟਵਾਰਾ ਹੋਇਆ ਪਰਿਵਾਰ ਵੀ ਵੰਡੇ ਗਏ ਕਿਸੇ ਦਾ ਉਧਰ ਰਹਿ ਗਿਆ ਕਿਸ ਦਾ ਇਧਰ ਆ ਗਿਆ ਕਿਸ ਦਾ ਵੱਡ ਕੱਟ ਭਾਵ ਇਸ ਦੁਨੀਆ ਤੇ ਨਹੀਂ ਰਹਾ ਪਰ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਕੀਦੇ ਯਤਨਾ ਸਦਕੇ ਖੁੱਲਿਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਬੀਤੇ ਦਿਨੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜਦੋਂ ਭਾਰਤ ਸਰਕਾਰ ਨੇ ਦੁਬਾਰਾ ਇਸ ਲਾਂਘੇ ਨੂੰ ਖੋਲਣ ਦਾ ਐਲਾਨ ਕੀਤਾ ਸੀ ਨਾ ਉਹਨਾਂ ਨੇ ਅਮਿਤ ਸ਼ਾਹ ਦਾ ਨਾ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਜ਼ਿਕਰ ਕੀਤਾ ਉਹਨਾਂ ਨੇ ਆਖਿਆ ਸੀ ਕਿ ਜੇਕਰ ਲਾਂਘਾ ਖੁੱਲਿਆ ਤਾਂ ਗੁਰੂ ਅੱਗੇ ਕੀਤੀਆਂ ਅਰਦਾਸਾਂ ਦੇ ਸਦਕਾ ਅਤੇ ਨਵਜੋਤ ਸਿੰਘ ਸਿੱਧੂ ਦੇ ਯਤਨਾਂ ਦੇ ਸਦਕਾ ਇਹ ਲਾਂਘਾ ਖੁੱਲਿਆ ਹੈ ਪਰ ਹੁਣ ਇੱਕ ਨਵਜੋਤ ਸਿੰਘ ਸਿੱਧੂ ਦਾ ਬਿਆਨ ਅੱਗੇ ਚੱਲ ਕੇ ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਨਾਲ ਉਹਨਾਂ ਨੇ ਇਸ ਬਿਆਨ ਦੇ ਉੱਤੇ ਜਿਹੜੀ ਸਫਾਈ ਦਿੱਤੀ ਅਤੇ ਸਫਾਈ ਕਿਉਂ ਦੇਣੀ ਪਈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਪਰ ਉਹਦੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਿਸਟ ਕਰਨ ਚੁੱਗ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਰਤਾਰਪੁਰ ਸਾਹਿਬ ਦੀ ਜਦੋਂ ਯਾਤਰਾ ਕੀਤੀ ਗਈ ਉਸ ਵਕਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਪਾਕੀ ਸਿਫਤ ਕਰ ਦਿੱਤੀ ਗੁਣਗਾਨ ਕਰ ਦਿੱਤਾ ਉਹਦੀ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ ਇੱਕ ਬਿਆਨ ਦਿੱਤਾ ਚੋਗ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਅਤੇ ਭਾਰਤ ਲਈ ਸਭ ਤੋਂ ਮੰਦਭਾਗੀ ਗੱਲ ਹੈ ਕਿ ਸਿੱਧੂ ਕੂਲ ਪਾਕਿਸਤਾਨ 'ਚ ਆਪਣੀ ਮਾਤ ਭੂਮੀ ਦੀ ਪ੍ਰਸ਼ੰਸਾ ਦੇ ਸ਼ਬਦ ਨਹੀਂ ਹਨ ਬਲਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਗੁਣਗਾਨ ਕਰ ਰਿਹਾ ਹੈ ਉਹ ਕਹਿੰਦੇ ਪੰਜਾਬ ਦੇ ਵਿੱਚ ਪਾਕਿਸਤਾਨ ਕਦੇ ਟਿਫਨ ਪੰਪ ਭੇਜ ਰਿਹਾ ਹੈ ਕਦੇ ਡਰੋਨ ਭੇਜ ਰਿਹਾ ਹੈ ਕਦੇ ਸਾਡੇ ਸਰਹੱਦ ਦੇ ਉੱਤੇ ਫੌਜੀ ਮਾਰ ਦਿੰਦਾ ਹੈ ਉਹ ਕਹਿੰਦੇ ਸਿੱਧੂ ਭਾਰਤ ਤੋਂ ਜ਼ਿਆਦਾ ਪਾਕਿਸਤਾਨ ਨੂੰ ਮੁਹੱਬਤ ਕਰਦਾ ਹੈ ਉਹ ਕਹਿੰਦੇ ਪੰਜਾਬ 'ਚ ਪਾਕਿਸਤਾਨ ਦੀ ਏਜੰਸੀ ਵਰਗਾ ਵਤੀਰਾ ਕਰ ਰਹੀ ਹੈ ਚੋਗ ਨੇ 올 ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਪਾਕਿਸਤਾਨ ਤੇ ਆਪਣੀ ਪਾਰਟੀ ਦਾ ਰੁਖ ਸਪਸ਼ਟ ਕਰਨ ਦੀ ਮੰਗ ਰੱਖ ਦਿੱਤੀ ਹੈ ਉਹਨੇ ਇਹ ਵੀ ਕਿਹਾ ਕਿ ਬਹੁਤ ਹੀ ਨਿੰਦਣਯੋਗ ਹੈ ਕਿ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਤੇ ਸਾਡੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਮੁਕਾਬਲੇ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਉਹ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਜਾਂਦੇ ਨੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਤਰੀਫਾਂ ਦੇ ਪੁਲ ਬਣੇ ਜਾਂਦੇ ਨੇ ਚੁੱਗ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਸਨਮਾਨ ਦੇਣ ਲਈ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਗਏ ਪਰ ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਆਪਣੇ ਸ਼ੱਕੀ ਸਬੰਧਾਂ ਨੂੰ ਦੱਸ ਕੇ ਪਾਕਿਸਤਾਨ ਦੀ ਆਪਣੀ ਯਾਤਰਾ ਦਾ ਦਰਅਸਲ ਸਿਆਸੀਕਰਨ ਕੀਤਾ ਹੈ ਉਨਾ ਕਿਹਾ ਕਿ ਕਾਂਗਰਸ ਆਪਣੇ ਰਾਸ਼ਟਰ ਵਿਰੋਧੀ ਮਨਸੂਬਿਆਂ ਲਈ ਬੇਨਕਾਬ ਹੋ ਗਈ ਹੈ ਜਦਕਿ ਇੱਕ ਸਰਹੱਦੀ ਸੂਬੇ ਦੇ ਤੌਰ ਤੇ ਪੰਜਾਬ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਨੂੰ ਹਰਉਣ ਲਈ ਸੰਘਰਸ਼ ਕਰ ਰਿਹਾ ਹੈ ਇਹ ਸਾਰਾ ਕੁਝ ਤਕਰੀਬਨ ਤਕਰੀਬਨ ਜੋ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ ਇਹ ਤਰਨ ਝੁਕ ਨਹੀਂ ਆਖਿਆ ਇਕੱਲੇ ਤਰਨ ਝੁਕ ਨਹੀਂ ਕਈ ਵਾਰੀ ਤਾਂ ਆਪਾਂ ਕਹਿੰਦੇ ਆ ਕਿ ਯਾਰ ਤੂੰ ਤਾਂ ਹੱਥ ਤੋਂ ਹੀ ਪਿੱਛੇ ਪੈ ਗਿਆ ਨਵਜੋਤ ਸਿੰਘ ਸਿੱਧੂ ਦਾ ਇੱਕ ਬਿਆਨ ਜਿਹੜਾ ਅੱਗੇ ਚੱਲ ਕੇ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਬਿਆਨ ਦੇਣ ਤੋਂ ਬਾਅਦ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਰਾਜਨੀਤਿਕ ਆਗੂ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਜਵੇਂ ਨਹਾਕ ਹੀ ਪੈ ਗਏ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਏਸੇ ਬਿਆਨ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਨਿਸ਼ਾਨੇ ਵੰਨੇ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਉਹ ਕਹਿੰਦੇ ਇੱਕ ਵਾਰੀ ਨਹੀਂ ਸਿੱਧੂ ਲਗਾਤਾਰ ਵਡਿਆਈ ਕਰ ਰਿਹਾ ਉਹ ਕਹਿੰਦੇ ਪਾਕਿਸਤਾਨ ਦੇ ਨਾਲ ਸਾਡੀਆਂ ਸਰਹੱਦਾਂ ਲੱਗਦੀਆਂ ਨੇ ਸਰਹੱਦਾਂ ਦੀ ਰਾਖੀ ਸਾਡੇ ਜਿਹੜੇ ਦੇਸ਼ ਦੇ ਫੌਜੀ ਨੇ ਉਹ ਕਰਦੇ ਨੇ ਸਰਹੱਦਾਂ ਦੇ ਉੱਤੇ ਸਾਡੇ ਜਿਹੜੇ ਫੌਜੀ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਉਹ ਆਪਣੀਆਂ ਜਾਨਾਂ ਵਾਰ ਰਹੇ ਨੇ ਕਿ ਸਿੱਧੂ ਉਹਨਾਂ ਦਾ અપਮਾਨ ਕਰ ਰਹੇ ਨੇ ਉਹ ਕਹਿੰਦੇ ਉਹਨਾਂ ਨਾਗਰਿਕਾਂ ਦਾ ਵੀ અપਮਾਨ ਹੈ ਹੁਣ ਨਵਜੋਤ ਸਿੰਘ ਸਿੱਧੂ ਤੇ ਇਸੇ ਤਰ੍ਹਾਂ ਹਮਲਾ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀਆਂ ਸਰਹੱਦਾਂ ਤੇ ਜਿਹੜੇ ਸਾਡੇ ਫੌਜੀ ਵੀਰ ਰਾਖੀ ਕਰ ਰਹੇ ਨੇ ਬਹਾਦਰ ਸੈਨਿਕ ਰਾਖੀ ਕਰਦੇ ਨੇ ਦਰਅਸਲ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਅਪਮਾਨ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨਾਗਰਿਕਾਂ ਦਾ ਵੀ ਅਪਮਾਨ ਕਰ ਰਹੇ ਨੇ ਜੋ ਪਾਕਿਸਤਾਨ ਦੀ ਆਈਐਸਆਈ ਦੀ ਨਸ਼ਿਆਂ ਤੇ ਅਤਵਾਦੀਆਂ ਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੇ ਦਰਅਸਲ ਇੱਕ ਬਿਆਨ ਜਾਰੀ ਕੀਤਾ ਹੈ ਬਿਆਨ ਦੇ ਵਿੱਚ ਸੁਖਵੀਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਜਿਸ ਨੂੰ ਪਾਕਿਸਤਾਨੀ ਫੌਜ ਨੇ ਸੱਤਾ ਤੇ ਬਿਠਾਇਆ ਹੋਇਆ ਹੈ ਜੋ ਆਈਐਸਆਈ ਦਾ 에ਜੰਟ ਹੈ ਉਹਨੂੰ ਵੱਡਾ ਭਰਾ ਆਖ ਰਿਹਾ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਨਹੀਂ ਜਦੋਂ ਆਈਐਸਆਈ ਨਾਲ ਕੁਲਮਲ ਰਹੇ ਹੋਣ ਇਸ ਤੋਂ ਪਹਿਲਾਂ ਵੀ ਆਪਣੇ ਪਾਕਿਸਤਾਨੀ ਦੌਰੇ ਵੇਲੇ ਉਹਨਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਵੇਦ ਬਾਜਵਾ ਨੂੰ ਜੱਫੀ ਪਾਈ ਸੀ ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਬਾਜਵਾ ਹੀ ਕਸ਼ਮੀਰ ਦੇ ਵਿੱਚ ਭਾਰਤ ਖਿਲਾਫ ਅਸਿੱਧੇ ਜੰਗ ਚਲਾ ਰਿਹਾ ਹੈ ਜਿਸ ਦੇ ਵਿੱਚ ਸੈਂਕੜੇ ਪੰਜਾਬੀ ਫੌਜੀ ਵੀਰ ਹੁਣ ਤੱਕ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਹੁਣ ਸਿੱਧੂ ਇੱਕ ਵਾਰ ਫਿਰ ਤੋਂ ਦੋ ਕਦਮ ਅੱਗੇ ਜਾ ਕੇ ਇਮਰਾਨ ਖਾਨ ਦੀ ਵਡਿਆਈ ਕਰ ਰਿਹਾ ਹੈ ਜਿਸ ਦੀ ਸਰਕਾਰ ਪੰਜਾਬ ਵਿੱਚ ਬੇਚੈਨੀ ਫੈਲਾਉਣ ਲਈ ਸਰਗਰਮੀ ਨਾਲ ਇਸ ਵਕਤ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਬਹੁਤ ਹੀ ਨੰਨਯੋਗ ਹੈ ਨਾਲ ਬਾਦਲ ਨੇ ਇਹ ਵੀ ਕਿਹਾ ਕਿ ਸਿੱਧੂ ਨੂੰ ਅਜਹੀਆਂ ਗਤੀਵਿਧੀਆਂ ਤੋਂ ਗਰੀਜ਼ ਕਰਨਾ ਚਾਹੀਦਾ ਜਿਸ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਅਤੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖਤਰਾ ਬਣ ਰਿਹਾ ਹੋਵੇ ਉਹਨਾਂ ਨੇ ਗਾਂਧੀ ਪਰਿਵਾਰ ਨੂੰ ਵੀ ਸਵਾਲ ਕੀਤੇ ਕਿ ਸਿੱਧੂ ਦੀਆਂ ਕਾਰਵਾਈਆਂ ਬਾਰੇ ਉਹ ਸਪਸ਼ਟੀਕਰਨ ਮੰਗਣ ਉਨਾਕ ਯਾਕੇ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੀ ਡਟਵੀਂ ਹਮਾਇਤ ਕੀਤੀ ਉਹਨੂੰ ਤਰੱਕੀ ਦਿੱਤੀ ਉਹਨੂੰ ਸੂਬੇ ਦੀ ਕਾਂਗਰਸ ਦਾ ਪ੍ਰਧਾਨ ਬਣਾਇਆ ਉਹਨਾਂ ਕਿਹਾ ਕਿ ਹੁਣ ਉਹ ਸਪਸ਼ਟ ਕਰਨ ਕਿ ਸਿੱਧੂ ਦੇ ਬਿਆਨ ਉਸਤੇ ਆਪਣੇ ਨੇ ਜਾਂ ਫਿਰ ਉਹ ਗਾਂਧੀ ਪਰਿਵਾਰ ਦੇ ਬੋਰ ਬੋਲ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਜਾਣਨਾ ਚਾਹੁੰਦੇ ਹੈ ਕਿ ਕੀ ਗਾਂਧੀ ਪਰਿਵਾਰ ਜਿਸ ਨੇ ਪਹਿਲਾਂ ਪੰਜਾਬ ਦੇ ਵਿੱਚ ਅਤਵਾਦ ਦੇ ਬੀਜ ਬੀਜੇ ਹਰਮੰਦਰ ਸਾਹਿਬ ਤੇ ਹਮਲਾ ਕਰਵਾਇਆ 1984 ਦਾ ਸਿੱਖ ਵਿਰੋਧੀ ਕਤਲੇਆਮ ਉਹਦੇ ਉਹ ਜ਼ਿੰਮੇਵਾਰ ਨੇ ਕਿ ਹੁਣ ਫਿਰ ਤੋਂ ਉਹ ਪੰਜਾਬ ਦੇ ਵਿੱਚ ਕੋਈ ਗੜਬੜ ਕਰਵਾਉਣਾ ਚਾਹੁੰਦੇ ਆ ਤੇ ਨਾਲ ਹੀ ਕਹਿੰਦੇ ਅਕਾਲੀ ਦਲ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਸਤੇ ਅਜਹੀਆਂ ਨਫ਼ਰਤ ਭਰੀਆਂ ਸਾਜ਼ਿਸ਼ਾਂ ਦੇ ਖਿਲਾਫ ਡਟ ਕੇ ਖੜਾ ਜਿਹੜਾ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਬਾਹਰੀ ਤੱਤਾਂ ਨੂੰ ਕਿਸੇ ਵੀ ਕੀਮਤੇ ਪੰਜਾਬ ਦੇ ਵਿੱਚ ਗੜਬੜ ਨਹੀਂ ਕਰਦਿਆਂਗੇ ਤੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਦੇਸ਼ ਵਿਰੋਧੀ ਤਾਕਤਾਂ ਨੂੰ ਝਾੜ ਪਾਉਣ ਲਈ ਅਪੀਲ ਕੀਤੀ ਦੇ ਨਾਲੀ ਕਾਂਗਰਸ ਪਾਰਟੀ ਨੂੰ ਆਖਿਆ ਕਿ ਉਹ ਪਾਕਿਸਤਾਨ ਨਾਲ ਲੱਗਦੀ ਦੇਸ਼ ਦੀ ਸਰਹੱਦੀ ਰਾਖੀ ਕਰਦੇ ਮਾਣ ਮੱਤੇ ਪੰਜਾਬ ਦੇ ਸੈਨਿਕਾਂ ਤੋਂ ਅਤੇ ਪੰਜਾਬ ਵਿੱਚ ਨਸ਼ੇ ਫਲਾਉਣ ਦੀ ਆਈਐਸਆਈ ਦੀ ਨੀਤੀ ਦਾ ਸ਼ਿਕਾਰ ਹੋਣ ਵਾਲੇ ਪੰਜਾਬੀਆਂ ਜਿਨ੍ਹਾਂ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਪਿਆ ਹੋਇਆ ਉਹਨਾਂ ਤੋਂ ਮਾਫੀ ਮੰਗੇ ਤੇ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਇਹਨਾਂ ਸਭ ਨਾਲੋਂ ਉੱਪਰ ਹੈ ਉਹਨਾਂ ਇਹ ਵੀ ਆਖਿਆ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਇੰਜ ਬੋਲਣ ਦੀ ਆਗਿਆ ਨਹੀਂ ਦੇ ਸਕਦੇ ਜਿਹੜਾ ਸਾਨੂੰ ਕਮਜ਼ੋਰ ਕਰ ਰਿਹਾ ਹੋਵੇ ਤੇ ਨਾਲ ਹੀ ਕਾਂਗਰਸ ਪਾਰਟੀ ਕਹਿੰਦੇ ਤੁਰੰਤ ਨਵਜੋਤ ਸਿੰਘ ਸਿੱਧੂ ਦੀਆਂ ਇਹਨਾਂ ਟਿੱਪਣੀਆਂ ਤੋਂ ਆਪਣੇ ਆਪ ਨੂੰ ਵਕਫ ਕਰੇ ਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਸੁਖਵੀਰ ਨੇ ਭਾਵੇਂ ਤਰਨਚੁੱਕ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਆਪਣਾ ਪੱਖ ਰੱਖਿਆ ਹੈ ਦਰਅਸਲ ਮੈਂ ਦੱਸਣਾ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਘੇ ਦੇ ਰਹਿਣ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਪਹੁੰਚੇ ਸੀ ਬਾਦ ਦੇ ਵਿੱਚ ਉਹਨਾਂ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਦਰਸ਼ਨ ਕਰਕੇ ਉਹ ਵਾਪਸ ਪਰਤਾਈ ਵਾਪਸ ਪਰਤਣ ਤੇ ਉਹਨਾਂ ਨੇ ਪਾਕਿਸਤਾਨ ਵਿੱਚ ਦਿੱਤੇ ਆਪਣੇ ਬਿਆਨ ਜਿਹਦੇ ਤੇ ਵਿਵਾਦ ਭਖਿਆ ਹੋਇਆ ਆਪਣਾ ਪੱਖ ਰੱਖਿਆ ਕਿ ਕਰਤਾਰਪੁਰ ਸਾਹਿਬ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੱਡਾ ਭਰਾ ਕਿਹਾ ਸੀ ਉਹਦੇ ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਉਹ ਇੱਕੋ ਇੱਕ ਇਸ ਤਰ੍ਹਾਂ ਦਾ ਰਸਤਾ ਹੈ ਉਹ ਕਹਿੰਦੇ ਦੇਖੋ ਸਾਡਾ ਸੱਭਿਆਚਾਰ ਸਾਂਝਾ ਜਿਹੜਾ ਕਿ ਅਮਰ ਸ਼ਾਂਤੀ ਵਾਸਤੇ ਜ਼ਰੂਰੀ ਹੈ ਸਾਡਾ ਖਾਣਾ ਸਾਂਝਾ ਸਾਡਾ ਬਾਣਾ ਸਾਂਝਾ ਸਾਡੀ ਬੋਲੀ ਸਾਂਝੀ ਸਾਡੇ ਪੀਰ ਪੈਗੰਬਰ ਸਾਂਝੇ ਉਹਨਾਂ ਕਿਹਾ ਕਿ ਮੇਰੀਆਂ ਗੱਲਾਂ ਦਾ ਕੋਈ ਬਾਤ ਤਾਂ ਤੰਗੜ ਭਾਵੇਂ ਬਣਾ ਲਵੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਪਰ ਮੈਂ ਸ਼ਾਂਤੀ ਤੇ ਦੋਸਤੀ ਦੀ ਗੱਲ ਕਰਦਾ ਰਹਾਂਗਾ ਉਹਨਾਂ ਇਹ ਵੀ ਆਖਿਆ ਕਿ ਦੋਵਾਂ ਮੁਲਕਾਂ ਵਿਚਾਲੇ ਵਪਾਰ ਸ਼ੁਰੂ ਹੋਣਾ ਚਾਹੀਦਾ ਭਾਜਪਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਵੱਡਾ ਘਰਾ ਕਹਿਣ ਤੇ ਪੁੱਛੇ ਜਾਣ ਤੇ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਭਾਜਪਾ ਦੇ ਜੋ ਕਹਿਣਾ ਹੈ ਉਹ ਕਹਿੰਦੀ ਰਹੇ ਮੈਂ ਸ਼ਾਂਤੀ ਤੇ ਦੋਸਤੀ ਦਾ ਹਮਾਇਤੀ ਸੀ ਤੇ ਹਮਾਇਤੀ ਰਹਾਂਗਾ ਉਹ ਜੋ ਮਰਜ਼ੀ ਕਾ ਕੇ ਤੇ ਨਾਲ ਹੀ ਉਹ ਕਹਿੰਦੇ ਇਲਜ਼ਾਮ ਲਾਉਂਦੀ ਹੈ ਤੇ ਲਾਈ ਜਾਵੇ ਮੈਂ ਕਹਿੰਦਾ ਕਿ ਉਹਨਾਂ ਦਾ ਦੋਸ਼ ਜੋ ਮਰਜ਼ੀ ਲਾਉਣ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਕੁਝ ਗਲਤ ਨਹੀਂ ਕੀਤਾ ਸਿੱਧੂ ਨੇ ਇੱਕ ਗੱਲ ਹੋਰ ਆਖੀ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੁੱਲਿਆ ਇਸ ਲਾਂਘੇ ਦਾ ਸੁਪਨਾ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਤਨਾ ਸਦਕਾ ਪੂਰਾ ਹੋਇਆ। ਭਾਵ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਇਹ ਲਾਂਘਾ ਖੋਲਣ ਦਾ ਕ੍ਰੈਡਿਟ ਦਿੱਤਾ। ਸਿੱਧੂ ਨੇ ਫਿਰ ਇਹ ਵੀ ਕਿਹਾ ਕਿ ਮੈਂ ਬੇਨਤੀ ਕਰਦਾ ਕਿ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤਾਂ ਸਰਹੱਦ ਖੋਲ ਦਿਓ। ਦੋਵੇਂ ਮੁਲਕਾਂ ਵਿਚਾਲੇ ਵਪਾਰ ਦੀ ਆਗਿਆ ਦੇ ਦਿਓ। ਅਸੀਂ 2100 ਕਿਲੋਮੀਟਰ ਦੂਰ ਮੁਦਰਾਬੰਦਰ ਕਾ ਕਿਉਂ ਜਾਈਏ? ਅਸੀਂ ਪਾਕਿਸਤਾਨ ਕਿਉਂ ਨਾ ਜਾਈਏ ਜਿਹੜਾ ਸਿਰਫ 80 ਤੋਂ 21 ਕਿਲੋਮੀਟਰ ਦੂਰ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕੀ ਸੱਚਮੁੱਚ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਮਾੜੀਆਂ ਨੇ ਕੀ ਭਾਈਚਾਰਕ ਸਾਂਝ ਹੋਣੀ ਨਹੀਂ ਚਾਹੀਦੀ ਜੇ ਕੈਨੇਡਾ ਅਮਰੀਕਾ ਆਪਸ ਦੇ ਵਿੱਚ ਵਪਾਰ ਕਰ ਸਕਦੇ ਆ ਦੋਵਾਂ ਮੁਲਕਾਂ ਨੂੰ ਫਾਇਦਾ ਹੋ ਉ ਇੱਧਰ ਉਪਜ ਉਧਰ ਜਾ ਕੇ ਵੇਚ ਸਕਦੀ ਆ ਉਧਰ ਲਈ ਇੱਧਰ ਆ ਸਕਦੀ ਆ ਜਿਹੜੀ ਚੀਜ਼ ਦੀ ਥੋੜਾ ਜਿਹੜੀ ਚੀਜ਼ ਦੀ ਲੋੜ ਹੈ ਇੱਕ ਦੂਸਰੇ ਨਾਲ ਵਪਾਰ ਕਿਉਂ ਨਹੀਂ ਕੀਤਾ ਜਾ ਸਕਦਾ ਸਰਹੱਦਾਂ ਤੇ ਫੌਜੀ ਜਵਾਨ ਸ਼ਹੀਦ ਆਪਣੇ ਆਪ ਹੁਣੋਂ ਬੰਦ ਹੋ ਜਾਣਗੇ ਜੇਕਰ ਦੋਵਾਂ ਮੁਲਕਾਂ ਦੇ ਵਿਚਾਲੇ ਦੋਸਤੀ ਦਾ ਪੈਗਾਮ ਜਾਵੇ ਇਸ ਬੰਬ ਇਹ ਬੰਦੂਕਾਂ ਕੀ ਸਾਨੂੰ ਰੱਖਣ ਦੀ ਜ਼ਰੂਰਤ ਪਵੇਗੀ ਜੇਕਰ ਪਾਕਿਸਤਾਨ ਭਾਰਤ ਦਾ ਮਿੱਤਰ ਹੋਵੇ ਤੇ ਭਾਰਤ ਪਾਕਿਸਤਾਨ ਦਾ ਮਿੱਤਰ ਹੋਵੇ ਪਰ ਕਈਆਂ ਨੂੰ ਇਹ ਦੋਸਤੀ ਦਾ ਸੰਦੇਸ਼ ਹੋ ਸਕਦਾ ਚੰਗਾ ਨਾ ਲੱਗਿਆ ਹੋਵੇ ਪਰ ਮੈਂ ਤੁਹਾਡੇ ਕਮੈਂਟ ਜਰਨਾ ਚਾਹੁੰਨਾ ਕਿ ਨਵਜੋਤ ਸਿੰਘ ਸਿੱਧੂ ਨੇ ਵਾਕਈ ਗੱਲ ਇੰਨੀ ਮਾੜੀ ਕਰ ਦਿੱਤੀ ਜੀ ਤੇ ਤੋਂ ਵਿਵਾਦ ਉਠਖੜਿਆ ਜੀ ਤੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਸਪਸ਼ਟੀ ਕਰਨ ਵੀ ਦੇਣਾ ਪਿਆ ਜਿਹਦੇ ਤੇ ਭਾਜਪਾ ਜਿੱਤੇ ਸ਼੍ਰੋਮਣੀ ਅਕਾਲੀ ਦਲ ਤੱਤੇ ਵੀ ਹੋਏ ਅਤੇ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਵਿਵਾਦ ਕੀਤੇ ਸੋ ਦੋਸਤੋ ਕੁੱਲ ਮਿਲਾ ਕੇ ਇਹ ਸੀ ਆਪਣਾ ਪ੍ਰੋਗਰਾਮ ਜੇ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਨੇ ਅਤੇ ਨਾਲ ਹੀ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਨੱਪ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ